ਤੇ ਅੱਜ ਦਾ ਤੁਹਾਨੂੰ ਅਸੀਂ ਹਾਲ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ 6ਵੇਂ ਦਿਨ ਦੇ ਵਿੱਚ ਰੋਸ ਪ੍ਰਦਰਸ਼ਨ ਇੱਥੇ ਹਰਪ੍ਰੀਤ ਸੁਸਾਈਡ ਕੇਸ ਦਾ ਜੋ ਚੱਲ ਰਿਹਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਅੱਜ ਟਾਈਮ 1 ਵੱਜ ਗਿਆ ਪੂਰਾ ਇੱਥੇ ਤੇ 6ਵੇਂ ਦਿਨ ਦੇ ਵਿੱਚ ਐਂਟਰ ਹੋ ਚੁੱਕਿਆ ਜੀ ਰੋਸ ਪ੍ਰਦਰਸ਼ਨ ਸਾਨੂੰ ਕੱਲ ਜੋ ਮੇਨ ਸਾਡਾ ਮੋਟਿਵ ਆ ਅੱਜ ਲਾਈਵ ਹੋਣ ਦਾ ਉਹ ਇਹ ਹੈ ਕਿ ਕੱਲ੍ਹ ਸਾਨੂੰ ਕਾਫੀ ਜ਼ਿਆਦਾ ਕਾਲਸ ਆਈਆਂ ਬਾਹਰੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਇੱਥੋਂ ਵੀ ਆਪਣੇ ਵੀਰ ਭਰਾਵਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੰਨਾ ਵੀ ਕਰ ਸਕਦਾ ਕੋਈ ਹੈ ਨਾ ਸਾਨੂੰ ਬਹੁਤ ਜ਼ਿਆਦਾ ਕਾਲਸ ਆਈਆਂ ਅਤੇ ਸਾਨੂੰ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਉਸ ਬੱਚੇ ਨੂੰ ਸੁਸਾਈਡ ਸੀ ਜੋ ਨਹੀਂ ਕਰਨਾ ਚਾਹੀਦਾ ਸੀ ਉਸਦੇ ਲਈ ਗਲਤ ਸੀ ਜਾਂ ਉਸਦਾ ਸਟੈਪ ਗਲਤ ਸੀ ਸੋ ਉਸਦਾ ਤੁਹਾਨੂੰ ਅਸੀਂ ਰੀਜ਼ਨ ਦੱਸਣਾ ਚਾਹਾਂਗੇ ਕਿ ਦੇਖੋ ਜੀ ਜ਼ਿੰਦਗੀ ਸਭ ਨੂੰ ਪਿਆਰੀ ਹੁੰਦੀ ਆ ਇੱਥੇ ਕੋਈ ਵੀ ਨਹੀਂ ਆ ਜਿਹਨੂੰ ਆਪਣੀ ਜ਼ਿੰਦਗੀ ਆਪਣੀ ਲਾਈਫ ਨਾਲ ਪਿਆਰ ਨਹੀਂ ਆ ਆਪਣੇ ਮਾਂ ਬਾਪ ਨਾਲ ਪਿਆਰ ਨਹੀਂ ਆ ਸੋ ਉਸ ਬੱਚੇ ਦੀਆਂ ਮੈਂ ਤੁਹਾਨੂੰ ਮਜਬੂਰੀਆਂ ਦੱਸਣਾ ਚਾਹੂੰਗਾ ਕੀ ਮਜਬੂਰੀਆਂ ਰਹੀਆਂ ਹੋਣਗੀਆਂ ਉਸ ਬੱਚੇ ਦੀਆਂ ਹਰਪ੍ਰੀਤ ਦੀਆਂ ਕਿ ਉਸਨੂੰ ਐਡਾ ਵੱਡਾ ਸਟੈਪ ਚੱਕਣਾ ਪਿਆ ਕਿ ਅੱਜ ਉਸਦੇ ਪਿੱਛੇ ਸਾਰਾ ਇੱਥੇ ਮੈਨੇਜਮੈਂਟ ਐਜੂਕੇਸ਼ਨ ਸਿਸਟਮ ਅਤੇ ਜਿੰਨੇ ਵੀ ਸਟੂਡੈਂਟਸ ਨੇ ਅੱਜ ਉਸਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿ ਅੱਗੇ ਤੋਂ ਫਿਊਚਰ ਦੇ ਵਿੱਚ ਇਹੋ ਜਿਹੀ ਘਟਨਾ ਕਿਸੇ ਵੀ ਬੱਚੇ ਨਾਲ ਜਾਂ ਕਿਸੇ ਵੀ ਦੋਸਤ ਮਿੱਤਰ ਦੇ ਨਾਲ ਨਾ ਹੋਵੇ ਸੋ ਮੈਂ ਫਿਰ ਤੋਂ ਲਾਈਵ ਹੋ ਰਿਹਾ ਜੀ ਅੱਜ ਤੁਹਾਡੇ ਨਾਲ ਸਭ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰਪ੍ਰੀਤ ਬਹੁਤ ਹੀ ਜ਼ਿਆਦਾ ਹੋਣਹਾਰ ਅਤੇ ਬਹੁਤ ਹੀ ਜ਼ਿਆਦਾ ਸਿਆਣਾ ਸੂਝਵਾਨ ਅਤੇ ਪੜ੍ਹਨ ਵਾਲਾ ਬੱਚਾ ਸੀ ਮੰਨਿਆ ਜਾਂਦਾ ਕਿ ਫਸਟ ਕਲਾਸ ਤੋਂ ਲੈ ਕੇ BSc ਐਗਰੀਕਲਚਰ ਦੇ ਚੌਥੇ ਸਾਲ ਤੱਕ ਮੁੰਡਾ ਟੌਪਰ ਰਿਹਾ ਜੀ ਇਹ ਸੋ ਜੋ ਬੰਦਾ ਟੌਪ ਕਰ ਰਿਹਾ ਤੁਸੀਂ ਸੋਚੋ ਕਿ ਜੇ ਉਸ ਨਾਲ ਐਜੂਕੇਸ਼ਨ ਸਿਸਟਮ ਇੱਦਾਂ ਦਾ ਕਰਦਾ ਕਿ ਉਸਨੂੰ ਬਿਲਕੁਲ ਐਨ ਟਾਈਮ 'ਤੇ ਐਟ ਟਾਈਮ 'ਤੇ ਜਿਸ ਟਾਈਮ ਉਸ ਬੱਚੇ ਦੀ ਡਿਗਰੀ ਕੰਪਲੀਟ ਹੋਣ ਵਾਲੀ ਆ ਉਸ ਟਾਈਮ ਉਸ ਬੱਚੇ ਨੂੰ ਇਗਜ਼ਾਮ ਦੇਣ ਤੋਂ ਮਨਾ ਕਰ ਰਿਹਾ ਪ੍ਰੈਕਟੀਕਲ ਦੇਣ ਤੋਂ ਮਨਾ ਕਰ ਰਿਹਾ ਰੋਲ ਨੰਬਰ ਦੇਣ ਤੋਂ ਮਨਾ ਕਰ ਰਿਹਾ ਸੋ ਇਹ ਕਿੰਨੀ ਕੁ ਜ਼ਿਆਦਾ ਸਿਆਣਪ ਅਸੀਂ ਮੰਨਦੇ ਹਾਂ ਐਜੂਕੇਸ਼ਨ ਸਿਸਟਮ ਦੀ ਅਤੇ ਮੈਨੇਜਮੈਂਟ ਦੀ ਸੋ ਬੱਚਾ ਆਪਣੀ ਕਲਾਸ ਦਾ ਟੌਪਰ ਰਹਿ ਚੁੱਕਿਆ ਹੁਣ ਤੱਕ ਦਾ ਅਤੇ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਇਹ ICR ਦੇ ਟੈਸਟ ਲਈ ਬੱਚਾ ਤਿਆਰੀ ਕਰ ਰਿਹਾ ਸੀ ਜਿਸ ਕਰਕੇ ਇਸ ਬੱਚੇ ਦੀ ਅਟੈਂਡੈਂਸ ਸ਼ਾਰਟ ਸੀ ਅਤੇ ਇਹ ਬੱਚੇ ਦਾ ਮੈਡੀਕਲ ਸਰਟੀਫਿਕੇਟ ਵੀ ਇਸਨੇ ਲਗਾਇਆ ਜੋ ਕਿ ਕਾਲਜ ਦੇ ਨੇ ਮੈਨੇਜਮੈਂਟ ਨੇ ਅਸੈਪਟ ਨਹੀਂ ਕੀਤਾ ਉਹ ਤੁਹਾਨੂੰ ਕਾਰਨ ਮੈਂ ਕੱਲ੍ਹ ਸਾਰੇ ਦੱਸ ਚੁੱਕਿਆ ਅੱਜ ਮੇਰਾ ਮੋਟਿਵ ਸਿਰਫ ਇਹੀ ਆ ਕਿ ਉਸ ਬੱਚੇ ਦੇ ਸੁਸਾਈਡ ਕਰਨ ਦੇ ਪਿੱਛੇ ਕੀ ਰੀਜ਼ਨ ਰਹੇ ਹੋਣਗੇ ਕੀ ਉਸ ਬੱਚੇ ਦੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਉਹ ਤੁਹਾਡੇ ਸਭ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਮੈਂ ਉਸ ਬੱਚੇ ਦਾ ਤੁਹਾਨੂੰ ਮੈਂ ਦੱਸਿਆ ਕਿ ਕਲਾਸ ਦੇ ਵਿੱਚ ਟੌਪਰ ਰਿਹਾ ਸੋ ਉਸ ਬੱਚੇ ਦੇ ਮਨ 'ਤੇ ਕਿੰਨੀ ਕੁ ਜ਼ਿਆਦਾ ਕਾਲਜ ਵੱਲੋਂ ਹਰਾਸਮੈਂਟ ਆਈ ਹੋਊਗੀ ਜਦੋਂ ਉਸਨੂੰ ਕਿਹਾ ਗਿਆ ਬਿਲਕੁਲ ਆਖਰੀ ਸੈਮ ਦੇ ਵਿੱਚ ਕਿ ਹਾਂ ਤੇਰੀ ਅਟੈਂਡੈਂਸ ਸ਼ਾਰਟ ਆ ਅਤੇ ਉਸ ਬੱਚੇ ਨੂੰ ਡਿਟੇਨ ਤੱਕ ਕਰ ਦਿੱਤਾ ਗਿਆ ਸੋ ਅਸੀਂ ਜੋ ਕਹਿ ਰਹੇ ਹਾਂ ਕਿ ਇੱਕ ਕਲਾਸ ਦਾ ਟੌਪਰ ਕਲਾਸ ਦੇ ਟੌਪਰ ਨੂੰ ਇਗਜ਼ਾਮ ਨਹੀਂ ਦੇਣ ਦਿੱਤਾ ਜਾ ਰਿਹਾ ਕਿਉਂ ਦੂਸਰਾ ਰੀਜ਼ਨ ਜੋ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਬੈਚ ਬਹੁਤ ਵੱਡਾ ਹੁੰਦਾ ਐਗਰੀਕਲਚਰ ਡਿਪਾਰਟਮੈਂਟ ਦਾ ਇੱਥੇ ਮੰਨਿਆ ਜਾਂਦਾ ਕਿ ਕਾਫੀ ਸਟੂਡੈਂਟ ਹੁੰਦੇ ਆ ਤਕਰੀਬਨ ਡਿਟੇਨ ਸੀ ਪਰ ਕੀ ਕੀਤਾ ਗਿਆ ਬਾਕੀ ਸਾਰੇ ਬੱਚਿਆਂ ਨੂੰ ਉਹਨਾਂ ਦੇ ਬੈਠਣ ਦੀ ਡਿਟੇਨ ਲਿਸਟ 'ਚੋਂ ਉਹਨਾਂ ਦਾ ਨਾਮ ਹਟਾ ਦਿੱਤਾ ਗਿਆ ਸਿਰਫ ਪੂਰੇ ਬੈਚ ਦੇ ਵਿੱਚੋਂ ਇੱਕ ਟੌਪਰ ਰੱਖਿਆ ਗਿਆ ਡਿਟੇਨ ਲਿਸਟ ਦੇ ਵਿੱਚ ਉਹ ਸੀ ਹਰਪ੍ਰੀਤ ਸੋ ਅਸੀਂ ਮੰਨਦੇ ਹਾਂ ਕਿ ਇਹ ਥੋੜ੍ਹੀਆਂ ਬਹੁਤੀਆਂ ਜੋ ਅਨੁਸ਼ਾਸਨ ਜੋ ਇੱਥੇ ਚੱਲ ਰਿਹਾ ਅਨੁਸ਼ਾਸਨ ਆਪਣੀ ਜਗ੍ਹਾ 'ਤੇ ਆ ਪਰ ਜੋ ਵੀ ਚੀਜ਼ਾਂ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਆਪਣੇ ਐਜੂਕੇਸ਼ਨ ਸਿਸਟਮ ਦੀਆਂ ਕੁਛ ਗਲਤੀਆਂ ਨੇ ਜੋ ਇਸ ਦੇ ਵਿੱਚ ਐਜੂਕੇਸ਼ਨ ਸਿਸਟਮ ਦਾ ਆਪਣਾ ਰੋਲ ਹੈ ਇਸ ਦੇ ਵਿੱਚ ਕੋਈ ਖਾਸ ਰਿਹਾ ਨਹੀਂ ਐਡਾ ਕਿਉਂਕਿ ਜੇ ਐਜੂਕੇਸ਼ਨ ਸਿਸਟਮ ਦੇ ਅਕੋਰਡਿੰਗ ਚੱਲੇ ਹੁੰਦੇ ਤਾਂ ਅੱਜ ਇਹ ਸੀਨ ਜਾਂ ਇਹ ਸਨੇਰੀਓ ਇੱਥੇ ਬਣਨਾ ਹੀ ਨਹੀਂ ਸੀ ਜੋ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਬਣ ਗਿਆ ਇੱਥੇ 6ਵੇਂ ਦਿਨ ਰੋਸ ਪ੍ਰਦਰਸ਼ਨ ਚੱਲ ਰਿਹਾ ਗੇਟ ਨੰਬਰ 1 ਅਤੇ ਗੇਟ ਨੰਬਰ 2 ਪਿੱਛੇ ਗੇਟ ਨੰਬਰ 3 ਅਤੇ 4 'ਤੇ ਵੀ ਮੈਂ ਅੱਜ ਗਿਆ ਸੀ ਉੱਥੇ ਵੀ ਦੇਖਿਆ ਕਿ ਜੋ ਬੱਚੇ ਆ ਉੱਥੇ ਬੈਠੇ ਹੋਏ ਆ ਉਸੇ ਤਰੀਕੇ ਨਾਲ ਆਪਣਾ ਟੀਚਰਸ ਦੇ ਵਿਰੁੱਧ ਇੱਥੇ ਕੰਪਲੇਂਟ ਕੀਤੀ ਗਈ ਸੀਗੀ DC ਸਾਹਿਬ ਨੂੰ ਅਤੇ ਉਹਨਾਂ ਨੇ ਐਕਸ਼ਨ ਲਿਆ ਅਤੇ ਉਹਨਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਅਤੇ ਆਪਾਂ ਹਰਪ੍ਰੀਤ ਦੀ ਗੱਲ ਕਰ ਰਹੇ ਸੀ ਕਿ ਉਸਦੇ ਬੱਚੇ ਦੇ ਕੀ ਮਜਬੂਰੀਆਂ ਰਹੀਆਂ ਹੋਣਗੀਆਂ ਸੋ ਇਹ ਅਟੈਂਡੈਂਸ ਦੀ ਜੋ ਮਜਬੂਰੀ ਆ ਕਿ ਹਾਂ ਸਿਰਫ ਇੱਕ ਟੌਪਰ ਨੂੰ ਹੀ ਕਿਉਂ ਮਤਲਬ ਰੱਖਿਆ ਗਿਆ ਸਾਰੇ ਬੈਚ ਦੇ ਵਿੱਚੋਂ ਜੇ ਚਾਹੁੰਦੇ ਤਾਂ ਉਹ ਬੱਚਾ ਵੀ ਪੇਪਰ ਦੇ ਸਕਦਾ ਸੀ ਕੋਈ ਐਡੀ ਮਜਬੂਰੀ ਵਾਲੀ ਗੱਲ ਨਹੀਂ ਸੀ ਉਹਨਾਂ ਲਈ ਵੀ ਤੀਸਰਾ ਜੋ ਕਾਰਨ ਰਿਹਾ ਉਹ ਹੈਗਾ ਮੈਂਟਲ ਹਰਾਸਮੈਂਟ ਦਾ ਉਹ ਬੱਚੇ ਨੂੰ ਐਂਡ ਟਾਈਮ 'ਤੇ ਬਿਲਕੁਲ ਦੱਸਿਆ ਗਿਆ ਜਿਸ ਅਕੋਰਡਿੰਗ ਸਾਨੂੰ ਇੱਥੇ ਸਟੂਡੈਂਟਸ ਨੇ ਦੱਸਿਆ ਕਿ ਉਸ ਬੱਚੇ ਨੂੰ ਬਿਲਕੁਲ
एक हफ्ता पहला जो टीचर्स ने इन्फॉर्म किया कि हाँ बई तेन डिटेन किया जा चुका। डिटेन करने का रीज़न मैं तुम दस चुका सारे कि बच्चा ICR के टेस्ट की तैयारी कर रहा है एम एस सी लई ते होर सी उसका जो शरीरक तौर पर ठीक नहीं सी बच्चा बीमार चल रहा मैं सुनया। सो टीचर्स दे कोले ओ बच्चा सुन च आया कि 7 दिन तक गेड़े लाउंदा रहा। HOD मैडम रणदीप कौर जी प्रिंसीपल माल सिंह कोले आखिरी दिन गया जिस दिन उस बच्चे ने सुसाइड किया बुधवार को। तो रजिस्ट्रार साहब इतों के दविंदर सिंह नाम आ कोई उन्हों का उन्हां कोले गेड़े लाए उस बच्चे ने 7 दिन। सो मैं मानता कि बच्चा इत्थे मिन्नतां करन लई तां आया नहीं सी, वह फीस दे के जे पढ़ रहा सी तां उसनू पढ़ाई कंटिन्यू करन दा पूरा पूरा हक सी, ह्यूमन राइट सी उसदे, उस बच्चे दी ह्यूमन राइट सी, उसदे माँ बाप दे भी कुछ सुपने सी, उन्हां दे भी राइट सी, जो कि इत्थे आपां मानदे आ कि बहुत ज़्यादा गलत लिया उसनू खालसा कॉलेज अमृतसर ने। सो गल इह आ हुण कि उस बच्चे दे हक लई जो भी इत्थे लोग प्रोटेस्ट कर रहे आ जां जो भी जिन्हें लोग इत्थे उस बच्चे लई दुआवां कर रहे आ कामना कर रहे आ उन्हां नू सब नू जस्टिस मिलना चाहीदा इत्थे। तो जो भी लोग ये सोच रहे हैं कि हाँ उस बच्चे ने गलत किया या मजबूरी किया, असी नहीं कहते कि उस बच्चे ने सही किया। सुसाइड करना गलत गल है, सच्ची गलत गल, पर उसके पिछे जो मजबूरियां सी वो मैं थोनों सबनों उसके जाणू करा चुका हूँ। सो इस तो अगे तुसी देखो कि तुसी बच्चे की सपोर्ट करनी है किस तरीके ना करनी है। इत्थे जो भी बच्चे बैठे ने उन्हां दी सपोर्ट करो, मेरा बस इन्ना ही कहना। तो मैं थोनू खालसा कॉलेज के गेट नंबर एक से लैके जा रहा जिथे कि इस टाइम उस बच्चे का सारा परिवार बैठा होया। इतों कुछ जथेबंदियां जो कि आई हुई ने ते स्टूडेंट्स जो कि 6 दिन तो इतने बैठे हुए ने उस बच्चे लई प्रार्थना कर रहे ने, उस बच्चे दी हक्कां लई खुद लड़ रहे ने, उसके राइट्स लई लड़ रहे ने। सो उन्हां बच्चों लई किन्नी ज़्यादा आप जिन्नी भी कह सकी शलाघा योग है जिन्ना भी कहांगे आपां। बाकी जो कॉलेज दा इन्हां दा कॉलेज दा सिस्टम है या कॉलेज दी इन्हां दी अपनी रीत रवायत ने उन्हां अकॉर्डिंग किन्नी क गल सही है कि बच्चे 6 दिन तो बैठे हुए ने पर उन्हां दी हजे तक किसी ने सुनी नहीं है, कोई सुनवाई नहीं पई है किसी गल की भी। इस चीज़ बारे असी थोड़े सब दे मतलब विचार चाहते हैं। तो ये भी कहने कि हाँ वो तो वह इस चीज़ को शेयर करो दोस्तों, तुसी शेयर करोगे लोग इस बारे जाणू होणगे तो सच सामने फिर ही आ सकता। मैं थोनू खालसा कॉलेज अमृतसर के गेट नंबर 1 से लैके जा रहा, तुसी उतों का हाल देख सकते हो, बच्चे जो कि है सारे उत्थे बैठे हुए ने, मुंडे कुड़ियां सब प्रोटेस्ट दे विच, उसे तरह पंजाब पुलिस तैनात की गई है उस थां ते। मैं तुहानू उत्थों दा लाइव दिखा रहा कि खालसा कॉलेज के गेट नंबर 1 ही वजदा ना, गेट नंबर 1 के उत्ते जो रोस प्रदर्शन चल रहा वो मैं थोनों दिखाउण जा रहा। सामने है बिल्कुल अपने, मैं थोड़ा दूरी ते इसलिए कुछ थोनू दिखाउण थोड़ा समर्थ नहीं हाँ, पर फिर भी जिन्ना क है तुसी देख सकते हो दोस्तों। तो इस जो कि सुसाइड हरप्रीत सुसाइड केस है, इस तो बाद बच्चों की जो मंग है कि अगे तो किसी यहोजे जो गल हुई है यहोजी गल किसी होर बच्चे नाल ना होवे तां जो बच्चों वालों अपने हकों लई मंग की जा रही है। असी खालसा के गेट नंबर 1 ते इस टाइम तुसी देख सकते हो बच्चों ने कालियां झंडियां ला के रोस प्रदर्शन दिखाया है। सो थोड़े सब तक गुहार है, एक बेनती है कि इन्हां बच्चों की सपोर्ट की जाए जिन्नी ज़्यादा तो ज़्यादा हो सकती है ता जो किसी नूं हक मिल सकन, अपने राइट्स मिल सकन, ते अगे तो एजुकेशन सिस्टम किसी भी बच्चे नाल इहो जिहा मजाक जो कह सकते हैं आपां